ਸਭ ਵਿੱਚ ਸੁਣਦੇ ਹੋ, ਸਟੇਜਾਂ 'ਤੇ ਦੇਖਦੇ ਹੋ, ਜਿਨ੍ਹਾਂ ਦੇ ਇਲਾਕੇ ਦੇ ਵਿੱਚ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ, ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਆਪਣੇ ਪੂਰੇ ਪਰਿਵਾਰ ਦਾ, ਆਪਣੇ ਖਾਨਦਾਨ ਦਾ ਪੂਰਾ ਨਾਮ ਰੋਸ਼ਨ ਕੀਤਾ। ਗੱਲਬਾਤ ਕਰਦੇ ਹਾਂ ਭਾਈ ਮਹਾਰ ਸਿੰਘ ਦੇ ਨਾਲ, ਜਿਨ੍ਹਾਂ ਨੇ ਪੂਰੇ ਕਰਨ ਨੂੰ ਉੱਚਾਈਆਂ 'ਤੇ ਲੈ ਕੇ ਗਏ, ਆਪਣੇ ਮਾਂ ਬਾਪ ਦੇ ਨਾਂ ਨੂੰ ਉੱਚਾਈਆਂ 'ਤੇ ਲੈ ਕੇ ਗਏ ਨੇ। ਜਿਵੇਂ ਕਹਿੰਦੀ ਹੈ ਕਿ ਜਦ ਕੋਈ ਉੱਚਾਈ 'ਤੇ ਚੜ੍ਹਦਾ ਤਾਂ ਉਹਨੂੰ ਦੇਖ ਕੇ ਕਈਆਂ ਲੋਕਾਂ ਦੀਆਂ ਗੱਲਾਂ ਹਜ਼ਮ ਨਹੀਂ ਹੁੰਦੀਆਂ, ਉਸ ਗੱਲ ਦਾ ਫਾਇਦਾ ਚੱਕ ਕੇ ਇਹਨਾਂ ਦੇ ਵੀਡੀਓ ਵਾਇਰਲ ਕਰਕੇ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸਿਆਣੇ ਕਹਿੰਦੇ ਨੇ ਕਿ ਝੂਠ ਦੇ ਬੱਦਲ ਸੱਚ ਦੇ ਚੰਨ ਨੂੰ ਬਹੁਤੀ ਦੇਰ ਤੱਕ ਨਹੀਂ ਲੁਕੋ ਸਕਦੇ, ਅਕਸਰ ਸੱਚ ਸਾਹਮਣੇ ਆ ਜਾਂਦਾ। ਜਿਵੇਂ ਅੱਜ ਬਾਪੂ ਜੀ ਨੇ ਘਰ ਆ ਕੇ ਸਾਰੀ ਆਪਣੀ ਪੂਰੀ ਹੱਡ ਬੀਤੀ, ਪੂਰੀ ਹਕੀਕਤ ਦੱਸੀ ਆ ਕਿ ਉਹਨਾਂ ਨੂੰ ਸਿਰਫ ਇਸਤੇਮਾਲ ਕੀਤਾ ਗਿਆ, ਅਤੇ ਉਹਨਾਂ ਦੇ ਬੇਟੇ ਨੇ ਜੋ ਵੀ ਕਰਦੇ, ਜੋ ਉਹਨਾਂ ਬੇਟਾ ਕਰਦਾ ਗਾ, ਉਹਨਾਂ ਦੀ ਰਿਸ਼ ਕੋਈ ਨਹੀਂ ਕਰ ਸਕਦਾ। ਜਿਵੇਂ ਸਾਡੇ ਨਾਲ ਭਾਈ ਮਾਲ ਸਿੰਘ ਸਾਡੇ ਨਾਲ ਮੌਜੂਦ ਹੈ, ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ, ਉਹਨਾਂ ਦਾ ਕੀ ਕਹਿਣਾ। ਹਾਂਜੀ, ਕੀ ਕਹਿਣਾ ਚਾਹੋਗੇ? ਤੁਹਾਡੇ ਬਾਪੂ ਜੀ ਅੱਜ ਘਰ ਬੈਠੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮੈਂ ਆਪ ਜੀਆਂ ਦੀ ਪੂਰੀ ਸਮੁੱਚੀ ਟੀਮ, ਜਨਤਾ ਦੀ ਆਵਾਜ਼ TV ਚੈਨਲ 'ਤੇ ਦੁਬਾਰਾ ਮੈਂ ਫਿਰ ਹਾਜ਼ਰ ਹੋਇਆ ਜੀ, ਆਇਆਂ, ਧੰਨਵਾਦ। ਗੁਰੂ ਪਿਆਰਿਓ, ਮੇਰੇ ਕੋਲ ਹੁਣ ਕੋਈ ਲਫਤਾਜ ਜਿਹੜੇ ਨਾ, ਉਹ ਕਹਿਣ ਦਾ ਸਮਾਂ ਨਹੀਂ ਰਹਿ ਗਿਆ। ਕਾਰਨ ਕਿ ਸਮਾਂ ਜਿਹੜਾ ਮੇਰੇ ਸੱਜਣਾਂ ਨੇ, ਮੇਰੇ ਮਿੱਤਰਾਂ ਨੇ, ਉਹ ਜਿਹੜੀਆਂ ਗੱਲਾਂ ਮੈਂ ਕਰਨੀਆਂ ਸੀ ਉਹ ਕਰ ਗਏ ਨੇ। ਮੇਰੇ ਇਸ ਬਾਰੇ ਸੱਚਾਈ ਲੈ ਕੇ ਸਾਹਮਣੇ ਕੈਮਰੇ ਦੇ ਆਇਆ, ਜਨਤਕ ਕੀਤਾ ਹੈ। ਜੋ ਮੇਰਾ ਜੀਵਨ ਸੀ ਮੈਂ ਨਹੀਂ ਦੱਸ ਸਕਦਾ। ਹਾਂ, ਆਪਣੀ ਹਰ ਬੰਦਾ ਤਾਰੀਫ ਕਰਦਾ ਹੈ, ਆਪਣੇ ਮਾੜੇ ਕੰਮਾਂ ਨੂੰ ਲੁਕਾਉਂਦਾ ਹੈ, ਅਤੇ ਚੰਗਿਆਂ ਨੂੰ ਜਿਹੜੇ ਕੀਤੇ ਵੀ ਨਹੀਂ ਹੁੰਦੇ ਉਹਨਾਂ ਨੂੰ ਅੱਗੇ ਰੱਖਦਾ। ਐਸੇ ਬੰਦੇ ਹੈਗੇ ਆ, ਪਰ ਮੈਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਪਈ। ਡਾਕਟਰ ਅਸ਼ੋਕ ਕੁਮਾਰ ਸਾਡੇ ਪਿੰਡ ਦੇ ਸਰਪੰਚ ਸਾਹਿਬ, ਸਾਬਕਾ ਸਰਪੰਚ, ਮਿਰਾਂਡ ਗਵਾਂਢ, ਅਜੇ ਕਿ ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਇਕੱਲੇ ਸਰਪੰਚ ਸਾਹਿਬ ਨਾਲ ਹੀ ਸਲਾਹ ਕੀਤੀ ਸੀ, ਅਤੇ ਉਹ ਕਹਿੰਦੇ ਵੀ ਇਹ ਕੰਮ ਆਪਾਂ ਨੇ ਜ਼ਰੂਰ ਕਰਨਾ ਹੈ ਅਸੀਂ। ਪਰ ਇੱਥੇ ਉਸ ਦਿਨ ਤੁਸੀਂ ਵੀ ਆਏ ਸੀ, ਦੁਬਾਰਾ ਫਿਰ ਤੁਸੀਂ ਆਇਓ, ਹੋਰ ਵੀ ਇੱਥੇ ਪੱਤਰਕਾਰ ਚੈਨਲਾਂ ਵਾਲੇ ਆਏ ਸੀ, ਵਿਹੜਾ ਭਰਿਆ ਪਿਆ ਸੀ, ਸਿਰ ਕੜਵੇਂ ਲੋਕ, ਚੰਗੇ ਘਰਾਂ ਦੇ ਲੋਕ ਆ ਕੇ ਜਿਹੜੇ ਲਫ਼ਜ਼ ਮੈਂ ਬੋਲਣੇ ਸੀ ਉਹ ਬੋਲ ਕੇ ਚਲੇ ਗਏ ਨੇ। ਜੋ ਕੁਛ ਹੋਇਆ ਹੈ ਸਾਡੇ ਆਪਣੇ ਪਰਿਵਾਰ ਵਿੱਚ ਹੋਇਆ ਹੈ, ਅਤੇ ਪਰਿਵਾਰ ਨੇ ਹੀ ਇਹ ਸਾਰਾ ਜ਼ਹਿਰ ਉਗਲਿਆ। ਡਾਕਟਰ ਸਾਹਿਬ ਦੱਸ ਕੇ ਗਏ ਨੇ ਕਿ ਸਾਰੇ ਪਿੰਡ ਦੇ ਵਿੱਚ ਜਿੱਥੇ ਵੀ ਗੱਲ ਛਿੜਦੀ ਆ, ਅਤੇ ਹਰ ਬੰਦਾ ਹੈਰਾਨ ਆ ਕਿ ਇੱਕ ਬਾਪ ਆਪਣੇ ਬੱਚਿਆਂ ਦੇ ਉੱਤੇ ਪੜਦਾ ਪਾਉਂਦਾ ਹੈ। ਹਮੇਸ਼ਾ ਪਾਉਂਦੇ, ਅਸੀਂ ਵੀ ਪਾਉਂਦੇ ਹਾਂ, ਅਸੀਂ ਵੀ ਬੱਚਿਆਂ ਵਾਲੇ ਹਾਂ, ਪਾਉਂਦੇ ਹਾਂ। ਕੋਈ ਨਿੱਕੀ ਮੋਟੀ ਗੱਲ, ਵੱਡੀ ਗੱਲ ਸਮਾਉਂਦੇ ਹਾਂ ਵੀ ਨਹੀਂ ਸਾਡੇ ਨਹੀਂ ਕਰਦੇ, ਅਤੇ ਉਹ ਪਰਿਵਾਰ ਕਾਹਦਾ ਹੋਇਆ ਜੇ ਇੱਕ ਦੂਜੇ ਦਾ ਪੜਦਾ ਨਹੀਂ ਪਾਉਣਾ? ਤਾਂ ਪਾਉਂਦੇ ਆ ਨਾ, ਤੁਸੀਂ ਵੀ ਪਾਉਂਦੇ ਹੋ। ਪਰ ਉਹ ਹੈਰਾਨਗੀ ਇਹ ਜਤਾਉਂਦੇ ਨੇ ਕਿ ਇੱਕ ਬਾਪ ਜਿਹੜਾ ਏ ਉਹ ਆਪਣੇ ਏਡੇ ਪੁੱਤਰ ਨੇਕ ਨੂੰ, ਸੇਵਾਦਾਰ ਨੂੰ, ਸਰਵਣ ਪੁੱਤ ਨੂੰ, ਸਰਵਣ ਨੇ ਤਾਂ ਇੱਕ ਆਪਣੇ ਮਾਂ ਬਾਪ ਨੂੰ ਵਹਿੰਗੀ 'ਤੇ ਮੋਢਿਆਂ 'ਤੇ ਚੁੱਕ ਕੇ ਕੁਛ ਕੁ ਹਿੱਸਾ ਭਾਰਤ ਦਾ ਕਮਾਇਆ, ਅਤੇ ਮੈਂ 7 ਸਮੁੰਦਰਾਂ ਤੋਂ ਪਾਰ ਲੈ ਗਿਆ। ਬਲਕਿ ਉਦੋਂ ਮੈਂ ਵੀ ਕਿਸੇ ਦੀ ਬਾਂਹ ਫੜ ਕੇ ਸਹਾਰੇ ਨਾਲ ਚੱਲਦਾ ਸਾਂ, ਮੈਨੂੰ ਬਿਮਾਰੀ ਬਹੁਤ ਭੈੜੀ ਲੱਗੀ ਹੋਈ ਸੀ, ਅਤੇ ਮੈਂ ਇਹਨਾਂ ਨੂੰ ਆਪਣੇ ਮਾਂ ਬਾਪ ਨੂੰ, ਸਰਵਣ ਪਿੱਛੇ ਰਹਿ ਗਿਆ, ਸਰਵਣ ਦਾ ਇਤਿਹਾਸ ਲਿਖਿਆ ਗਿਆ ਹੈ, ਉਹਦੇ ਮਾਂ ਬਾਪ ਨੇ ਸ਼ਾਬਾਸ਼ੀ ਦਿੱਤੀ, ਅਤੇ ਮੇਰਾ ਬਣਿਆ ਹੋਇਆ ਇਤਿਹਾਸ ਲਿਖਣ ਵਾਲਾ ਸੀ ਅਜੇ, ਅਤੇ ਲਿਖਣ ਤੋਂ ਪਹਿਲਾਂ ਮੇਰੇ ਇਸ ਬਾਪ ਨੇ ਮਿੱਟੀ 'ਚ ਰਲਾ ਤਾ। ਅੱਜ ਫਿਰ ਸਾਹਮਣੇ ਕੈਮਰੇ 'ਤੇ ਆਇਆ ਕਿ ਮੈਨੂੰ ਪਤਾ ਨਹੀਂ ਲੱਗਾ, ਪਤਾ ਸਾਰਾ ਹੈ, ਮੈਂ ਇਹ ਗੱਲ ਕਹਾਂਗਾ ਕਰਵਾਇਆ ਗਿਆ ਹੈ। ਪਰ ਮੈਂ ਉਹ ਗੱਲ 'ਤੇ ਆਵਾਂ ਜਿਹੜੀ ਡਾਕਟਰ ਸਾਹਿਬ, ਡਾਕਟਰ ਅਸ਼ੋਕ ਕੁਮਾਰ ਜੀ, ਸਾਡੇ ਅਸੀਂ ਹਾਣ ਮਹਾਣੀ ਹਾਂ, ਜਵਾਨੀ ਇਕੱਠੀ
ਇਸ ਨਗਰ ਵਿੱਚ ਅਸੀਂ ਬਤੀਤ ਕੀਤੀ ਆ ਅਤੇ ਰੱਬ ਨਾਲ ਜੁੜਿਆ ਹੋਇਆ ਆਦਮੀ ਹਾਂ। ਸਾਡੀ ਪਿੰਡ ਦੇ ਵਿੱਚੋਂ ਦੋਨਾਂ ਦੀ ਇੱਕ ਗੱਲ ਹੈ ਮੁੱਢ ਲਾ ਤੋਂ, ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਹਾਂ। ਹੁਣ ਇਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਆ ਡਾਕਟਰ ਸਾਹਿਬ ਨੇ ਕਿ ਹਰ ਬੰਦਾ ਹੈਰਾਨ ਆ ਕਿ ਬਾਪ ਨੇ ਇੰਨੇ ਸਗੀਨ ਜਿਹੜੇ ਦੋਸ਼ ਲਾਏ ਨੇ ਉਹ ਵੀ ਬੇਬੁਨਿਆਦ ਲਾਏ ਨੇ ਅਤੇ ਬਾਪ ਮੇਰਾ ਵੀ ਮੰਨ ਗਿਆ। ਇਹ ਦੋਸ਼ ਮੇਰੀਆਂ ਭੈਣਾਂ ਵੱਲੋਂ ਲੋਕ ਕਹਿੰਦੇ ਲਵਾਏ ਗਏ, ਮੈਂ ਅੱਜ ਵੀ ਨਹੀਂ ਕਹਿੰਦਾ, ਪਰ ਜੋ ਲੋਕ ਆਉਂਦੇ ਨੇ ਨਾਲੇ ਸਿਰ ਫੜ ਕੇ ਬੈਠ ਜਾਂਦੇ ਨੇ, ਕਈਆਂ ਦੀਆਂ ਅੱਖਾਂ 'ਚ ਅੰਸੂ ਵੀ ਆਏ, ਤਾਂ ਉਹ ਕਹਿੰਦੇ ਨੇ ਕਿ ਭੈਣਾਂ ਨੇ ਇੰਨਾ ਜੁਰਮ ਕੀ ਕੀਤਾ, ਤੂੰ ਭੈਣਾਂ ਨੂੰ ਭਰਾਵਾਂ ਦਾ ਰੁਤਬਾ ਦਿੱਤਾ ਸੀ, ਭਰਾਵਾਂ ਦੇ ਵਾਂਗੂ ਤੂੰ ਮਾਣ ਦਿੱਤਾ ਸੀ, ਪਰ ਉਹਨਾਂ ਭੈਣਾਂ ਨੂੰ ਕਿਹੜਾ ਲਾਲਚ ਮਰ ਗਿਆ? ਇਹ ਬਾਕੀ ਅਜੇ ਜਾਣਕਾਰੀ ਲੈਣੀ ਜ਼ਰੂਰ ਆ, ਪਰ ਭੈਣਾਂ ਦਾ ਨਾਂ ਜਨਤਕ ਹੋ ਗਿਆ ਹੈ। ਮੈਂ ਨਹੀਂ ਬੋਲਦਾ, ਲੋਕ ਬੋਲਦੇ ਆ, ਮੈਂ ਨਹੀਂ ਬੋਲਦਾ, ਲੋਕ ਬੋਲਦੇ ਆ। ਮੈਂ ਸਮਾਜ ਨੂੰ ਸੁਨੇਹਾ ਦੇਣਾ ਚਾਹੁੰਦਾ ਹੈ, ਆਪਣਿਆਂ ਨੂੰ ਪਛਾਣੋ, ਆਪਣਿਆਂ ਨੂੰ ਸੰਭਾਲੋ ਅਤੇ ਆਪਣਿਆਂ ਤੋਂ ਬਚੋ। ਮੈਨੂੰ ਆਪਣੇ ਲੈ ਕੇ ਬਹਿ ਗਏ, ਚੰਗੀਆਂ ਚੰਗੀਆਂ ਵੱਡੀਆਂ ਸਥਾਨਾਂ ਦੇ ਵਿੱਚ ਮੇਰੀ ਕਥਾ ਬੁੱਕ ਹੋਈ, ਵਿੱਚ ਛੱਡਣੀ ਪੈ ਗਈ, ਮੈਨੂੰ ਸਦਮਾ ਲੱਗ ਗਿਆ। ਅਤੇ ਜਿਹੜੀ ਇਹ ਕਥਾ ਸੀ, ਇਹ ਦੁਨੀਆਂ ਦਾ ਰੋਸ਼ਨ ਮਨਾਰਾ ਗੁਰਬਾਣੀ ਜਾਂ ਇਸ ਜੱਗ ਮੈਂ ਚਾਨਣ ਸੀ, ਸੁਨੇਹਾ ਜਾਂਦਾ ਸੀ, ਮੇਰੇ ਪਰਿਵਾਰ ਦਾ, ਮੇਰੇ ਖਾਨਦਾਨ ਦਾ ਸਿਰ ਉੱਚਾ ਹੁੰਦਾ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਅਤੇ ਕਿੱਥੋਂ ਤੱਕ ਵਾਹਿਗੁਰੂ ਦੇ ਸ਼ਬਦ ਦੇ ਨਾਲ ਪਹੁੰਚ ਕੀਤੀ ਆ। ਇਹ ਧੱਪਾ ਮੈਨੂੰ ਇਕੱਲੇ ਨੇ ਨਹੀਂ ਲਾਇਆ, ਮੇਰੀਆਂ ਭੈਣਾਂ ਵੱਲੋਂ, ਮੇਰੇ ਬਾਪ ਵੱਲੋਂ, ਮੇਰੇ ਪੂਰੇ ਖਾਨਦਾਨ ਨੂੰ, ਸਾਰੇ ਨੂੰ ਜਿਹੜੇ ਜਿਹੜੇ ਮੇਰੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਲਾਹਵੇ ਵੀ ਆਹ ਕੀ ਹੋਇਆ, ਆਹ ਬਜ਼ੁਰਗ ਨੇ ਕੀ ਕੀਤਾ ਹੈ। ਮੇਰੇ ਬਜ਼ੁਰਗ ਨੂੰ ਮੈਂ ਨਹੀਂ ਕੁਛ ਮਾੜਾ ਕਹਿਣਾ, ਪਰ ਇਸ ਸਮਾਜ ਦੇ ਲੋਕ ਜਿਹੜੇ ਆਂਢੀ ਗੁਆਂਢੀ ਨੇ ਉਹ ਲਾਨਤਾਂ ਪਾ ਰਹੇ ਨੇ, ਮੈਂ ਕਿਵੇਂ ਕਿਸੇ ਦਾ ਮੂੰਹ ਬੰਦ ਕਰ ਸਕਦਾ, ਕਿਵੇਂ ਮੂੰਹ ਬੰਦ ਕਰ ਸਕਦਾ? ਕਿਉਂ ਮੇਰੇ ਬਾਪ ਨੇ ਲਾਈ ਲੱਗ ਬਣ ਕੇ ਕਹਿ ਰਿਹਾ ਹੈ, ਅਤੇ ਆਪਣੇ ਮੂੰਹ 'ਤੇ ਆਪ ਥੱਪੜ ਮਾਰ ਬੈਠਾ ਅਤੇ ਨਾਲ ਮੇਰਾ ਵੀ ਘਾਣ ਕਰਤਾ। ਉਹ ਲੋਕ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਕਦੇ ਮੇਰੇ ਸ਼ਬਦ ਨੂੰ ਨਹੀਂ ਮੇਰੇ ਤੋਂ ਸੁਣਿਆ, ਜੋ ਮੇਰੇ ਮੁੱਖ 'ਚੋਂ ਗੁਰੂ ਦਾ ਸ਼ਬਦ ਨਿਕਲਦਾ ਹੈ, ਇਤਿਹਾਸ ਨਹੀਂ ਸੁਣਿਆ, ਮੇਰਾ ਜੀਵਨ ਨਹੀਂ ਵੇਖਿਆ, ਜਿਨ੍ਹਾਂ ਨੇ ਵੇਖਿਆ ਹੈ ਜਿਹੜੇ ਮੇਰੇ ਨੇੜੇ ਦੇ ਨੇ ਉਹ ਬੋਲ ਕੇ ਗਏ ਨੇ, ਦੁਨੀਆਂ ਤੱਕ ਆਵਾਜ਼ ਗਈ ਹੈ। ਉੱਥੇ ਖਾਲਸਾ ਜੀ ਇੱਕ ਗੱਲ ਇਹ ਵੀ ਪਹਿਲੂ ਰੱਖੀ ਗਈ ਆ ਕਿ ਉੱਥੇ ਸਿਰਫ ਇੱਕ ਪੱਖ ਦਿਖਾਇਆ ਗਿਆ ਜੀ, ਜੇਕਰ ਦੋਨੋਂ ਪੱਖ ਦਿਖਾਏ ਜਾਂਦੇ ਤਾਂ ਲੋਕ ਸਮਝਦੇ ਜੀ, ਜਦੋਂ ਇੱਕ ਤਰਫਾ ਲੋਕ ਦੇਖਦੇ ਨੇ ਤਾਂ ਦੇਖ ਉਹ ਲੋਕ ਇਹ ਚੀਜ਼ ਨੂੰ ਸੱਚ ਮੰਨਦੇ, ਸ਼ਾਇਦ ਇਹੀ ਸੱਚ ਹੈ ਜੀ। ਉਸ ਵੀਡੀਓ ਦੇ ਨਾਲ ਜੇਕਰ ਤੁਹਾਡੀ ਵੀਡੀਓ ਜੋੜ ਕੇ ਦਿਖਾਈ ਜਾਂਦੀ ਤਾਂ ਲੋਕਾਂ ਨੂੰ ਸੱਚਾਈ ਦਾ ਸਾਹਮਣੇ ਪਤਾ ਲੱਗਦਾ ਵੀ ਪੂਰੀ ਗੱਲ ਕੀ। ਹਾਂ ਮੈਂ ਦੱਸਦਾ, ਕਿਉਂ ਉਹ ਦੂਰੀ ਜਾਣਕਾਰੀ ਕਰਕੇ ਲੋਕ ਤੁਹਾਨੂੰ ਉਹ ਜਿਹੇ ਕਮੈਂਟ 'ਚ ਪੁੱਠੇ ਸਿੱਧੇ ਕਰ ਲੱਗੇ। ਐਸੇ ਚੈਨਲਾਂ ਵਾਲਿਆਂ ਨੇ ਚਾਰ ਟਕਿਆਂ ਦੇ ਵਾਸਤੇ ਚੰਗੇ ਚੰਗੇ ਜੀਵਨ ਵਾਲੇ ਜਿਹੜੇ ਨੇ ਨਾ ਕੈਮਰੇ ਦੇ ਸਾਹਮਣੇ ਲਿਆਣ ਕੇ ਜਨਤਾ ਦੇ ਵਿੱਚ ਰੋਲ ਕੇ ਰੱਖਤੇ ਨੇ। ਆਤਮ ਹੱਤਿਆ ਤੱਕ ਮੇਰੇ ਵਰਗੇ ਲੋਕ ਸੋਚਣ ਲੱਗ ਗਏ, ਜਿਵੇਂ ਮੈਂ ਵੀ ਸੋਚਿਆ ਸੀ ਜੇ ਇਹਨਾਂ ਵਰਗੇ ਸੱਜਣਾਂ ਦੀ ਸਪੋਰਟ ਨਾ ਮਿਲਦੀ ਤਾਂ ਅੱਜ ਮੈਂ ਤੁਹਾਡੇ ਕੈਮਰੇ ਦੇ ਸਾਹਮਣੇ ਕਦੇ ਵੀ ਨਹੀਂ ਸੀ ਆਉਣਾ, ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸੋਚ ਲਿਆ ਸੀ। ਬਹੁਤ ਲੋਕਾਂ ਨੂੰ ਇਸ ਕੈਮਰੇ ਨੇ ਮਿੱਟੀ 'ਚ ਰਲਾ ਦਿੱਤਾ ਹੈ ਅਤੇ ਬਹੁਤ ਲੋਕਾਂ ਨੂੰ ਮਿੱਟੀ 'ਚ ਰੁਲਿਆਂ ਨੂੰ ਵੀ ਬਾਹਰ ਲਿਆਂਦਾ, ਜਿਵੇਂ ਅੱਜ ਤੁਸੀਂ ਦੁਬਾਰਾ ਮੇਰੇ ਬਾਪ ਨੂੰ ਸਾਹਮਣੇ ਲਿਆ ਕੇ ਮੇਰੇ ਵਾਸਤੇ ਤੁਸੀਂ ਇੱਕ ਬੇੜੀ ਦਾ ਜਾਂ ਮਲਾਹ ਦਾ ਕੰਮ ਕਰ ਰਹੇ ਹੋ, ਮੈਨੂੰ ਭਵ ਸਾਗਰ 'ਚੋਂ ਕੱਢ ਰਹੇ ਹੋ, ਜਿਹੜੀ ਮੇਰੇ ਅੰਦਰ ਚਿੰਤਾ ਬਣੀ ਹੈ। ਪਰ ਜਿਹੜਾ ਮੇਰੇ 'ਤੇ ਧੱਪਾ ਲਾਇਆ ਗਿਆ ਹੈ, ਮੈਂ ਨਹੀਂ ਕਹਿੰਦਾ, ਪਰ ਮੈਂ ਕਹਿੰਦਾ ਹੈ ਮੇਰੇ ਬਾਪ ਦੇ ਨਾਲ ਮੇਰੀਆਂ ਭੈਣਾਂ ਨੇ ਰਲ ਕੇ ਇਹ ਸਾਰਾ ਕੁਛ ਕੀਤਾ, ਪਰ ਜੋ ਮੈਂ ਭੈਣਾਂ ਨੂੰ ਪਿਆਰ ਦਿੱਤਾ ਉਹਨਾਂ ਨੂੰ ਪਚਿਆ ਨਹੀਂ, ਉਹਨਾਂ ਨੂੰ ਪ੍ਰਵਾਨ ਨਹੀਂ ਹੋਇਆ ਮੇਰੇ ਭਾਣਜਿਆਂ ਦੀ ਨਾਲ ਰਹਿ ਕਰਕੇ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਨੇ, ਪਰ ਮੈਂ ਹੁਣ ਕਹਿੰਦਾ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਨੇ, ਪਰ ਹੁਣ ਮੈਂ ਕਹਿੰਦਾ ਹੈ
ਕਿਉਂ ਮੇਰੇ ਸਾਹਮਣੇ ਵੀ ਸੱਚ ਆ ਗਿਆ। ਹੁਣ ਮੈਂ ਇਹੀ ਗੱਲ ਕਰਦਾ ਹਾਂ, ਮੇਰਾ ਬਾਪ ਮੇਰੇ ਕੋਲ ਹੈ, ਮੈਂ ਇਹਨੂੰ ਸੰਭਾਲਦਾ ਹਾਂ। ਸਾਡੇ ਫੈਮਿਲੀ ਡਾਕਟਰ ਨੇ ਡਾਕਟਰ ਅਸ਼ੋਕ ਕੁਮਾਰ ਜੀ, ਇਹ ਮੈਂ ਵੀ ਇਹਨਾਂ ਤੋਂ ਦਵਾਈ ਲੈਂਦਾ ਰਿਹਾ, ਮੇਰਾ ਬੱਚੇ ਪਰਿਵਾਰ ਵੀ ਲੈਂਦੇ ਰਹੇ ਨੇ। ਸਾਡੇ ਬੱਚਿਆਂ ਦਾ ਜਦੋਂ ਬਰਥ ਹੋਇਆ ਉਦੋਂ ਵੀ ਇਹਨਾਂ ਨੇ ਹੀ ਸਾਰਾ ਕੁਛ ਨਾਲ ਹੋ ਕੇ ਕੀਤਾ ਉਹਨਾਂ ਨੂੰ, ਜਦੋਂ ਵੀ ਕਿਤੇ ਢਿੱਲੇ ਮੱਠੇ ਹੁੰਦੇ ਸੀ। ਸਾਡਾ ਫੈਮਿਲੀ ਡਾਕਟਰ ਆ, ਮਿੱਤਰ ਆ, ਇਸ ਘਰ ਦਾ ਪੁੱਤ, ਇਸ ਘਰ ਦਾ ਭਰਾ ਵੀ ਆਏ। ਮੈਂ ਸਾਰੇ ਇਲਾਕੇ ਦੇ ਵਿੱਚੋਂ ਇਸ ਡਾਕਟਰ ਸਾਹਿਬ ਦਾ ਸਤਿਕਾਰ ਜ਼ਿਆਦਾ ਕਰਦਾ ਹਾਂ ਅਤੇ ਇਹ ਮੇਰਾ ਕਰਦਾ ਹੈ, ਪਰ ਕਾਰਨ ਇਹਨਾਂ ਵੀ ਮੈਨੂੰ ਦੱਸਿਆ, ਭੈਣਾਂ ਨੂੰ ਕੀ ਵੈਰ ਪਿਆ, ਤੂੰ ਭੈਣਾਂ ਨੂੰ ਭਰਾਵਾਂ ਵਾਲਾ ਦਰਜਾ ਦਿੱਤਾ, ਭੈਣਾਂ ਨੇ ਕੀ ਕੀਤਾ। ਮੈਂ ਤਾਂ ਚੁੱਪ ਕਰ ਗਿਆ, ਆਪਦੇ ਘਰ ਬਹਿ ਗਿਆ ਸੀ ਕਿ ਮੈਂ ਬਾਹਰ ਨਿਕਲਣ ਜੋਗਾ ਨਹੀਂ ਸੀ ਰਹਿ ਗਿਆ, ਜਦੋਂ ਲੋਕਾਂ ਨੇ ਮੇਰੇ ਉੱਤੇ ਬਕਵਾਸ ਕੀਤਾ, ਇੰਨਾ ਜ਼ਿਆਦਾ ਕੀਤਾ, ਇੰਨਾ ਕ੍ਰੋਧ ਉਗਲਿਆ। ਅਤੇ ਉਹ ਟੀ ਵੀ ਚੈਨਲ ਜਿਹਨੇ ਪੱਤਰਕਾਰ ਨੇ, ਉਹ ਇੰਨਾ ਹਰਮਨ ਬਾਜਵਾ ਜਿਹੜਾ ਹੈ, ਇੰਨੇ ਕ੍ਰੋਧ ਨਾਲ ਬੋਲ ਰਿਹਾ ਵੀ ਜਿਵੇਂ ਮੇਰੀ ਉਹਦੇ ਨਾਲ ਕੋਈ ਗੋਲੀ ਚੱਲੀ ਹੋਵੇ ਅਤੇ ਜਾਂ ਉਹਦਾ ਮੈਂ ਬਾਪ ਮਾਰਿਆ ਹੋਵੇ, ਵੀ ਉਹ ਬਦਲਾ ਲੈਣ ਦੀ ਭਾਵਨਾ। ਦੋਵੇਂ ਪੱਖ ਲੈਂਦਾ ਇੱਥੇ ਆਉਂਦਾ ਅਤੇ ਮੈਂ ਉਹਦੀ ਤਸੱਲੀ ਕਰਾਉਂਦਾ, ਇੱਥੋਂ ਹੋਰ ਇਲਾਕੇ ਦਿਆਂ ਲੋਕਾਂ ਨੂੰ ਪੁੱਛਦਾ ਵੀ ਸਗੀਨ ਦੋਸ਼ ਸਾਹਮਣੇ ਆਇਆ ਹੈ ਇੱਕ ਪੁੱਤਰ ਵੱਲੋਂ, ਅਤੇ ਉਹਦੀ ਸੱਚਾਈ ਤੱਕ ਪਹੁੰਚਦਾ, ਪਰ ਨਹੀਂ ਪਹੁੰਚਿਆ। ਅਤੇ ਹਜ਼ਾਰਾਂ ਲੋਕਾਂ ਨੇ ਉਹ ਮੇਰੀ ਵੀਡੀਓ ਜਿਹੜੀ ਵੇਖ ਕੇ ਅਤੇ ਬਕਵਾਸ ਕੀਤਾ ਹੈ, ਅਤੇ ਮੇਰੀ ਜ਼ਿੰਦਗੀ ਦੀ ਵਿੱਦਿਆ ਨੂੰ, ਮੇਰੇ ਜੀਵਨ ਨੂੰ ਇੰਨਾ ਕੁ ਮੈਲਾ ਪੇਸ਼ ਕੀਤਾ ਹੈ ਕਿ ਜਿਹੜਾ ਜਿਹਦੇ ਵਿੱਚ ਮੇਰਾ ਇੱਕ ਕਿਣਕਾ ਭਰ ਵੀ ਹਿੱਸਾ ਨਹੀਂ ਹੈਗਾ। ਬਸ ਇਹੀ ਗੱਲ ਸੀ। ਚਲੋ ਦੋਸਤੋ, ਅਸੀਂ ਤੁਹਾਨੂੰ ਡਾਕਟਰ ਸਾਹਿਬ ਦਾ ਅਤੇ ਬਾਪੂ ਜੀ ਦਾ ਅਤੇ ਭਾਈ ਮਹਾਲ ਸਿੰਘ ਦਾ ਪੱਖ ਦਿਖਾਇਆ। ਤੁਸੀਂ ਉਸ ਵੀਡੀਓ ਵਿੱਚ ਵੀ ਕਮੈਂਟ ਕੀਤੇ ਨੇ, ਅਧੂਰੀ ਜਾਣਕਾਰੀ ਦੇ ਕੇ ਕਮੈਂਟ ਕੀਤੇ ਨੇ, ਪਰ ਅਸਲੀ ਸੱਚ ਕੀ ਹੈ ਤੁਹਾਡੇ ਸਾਹਮਣੇ ਲੈ ਕੇ ਆਉਂਦਾ। ਜਿਵੇਂ ਕਿ ਇੱਕ ਮੀਡੀਆ ਚੌਥਾ ਥੰਮ ਮੰਨਿਆ ਗਿਆ, ਜਿਸ ਵਿੱਚ ਮੀਡੀਆ ਦਾ ਕੰਮ ਦਾ ਉਹਦੀ ਸੱਚਾਈ ਤੱਕ ਜਾਣਾ, ਪੂਰੀ ਤਹਿ ਤੱਕ ਜਾਣਾ। ਜਿਵੇਂ ਤੁਹਾਨੂੰ ਬਾਪੂ ਜੀ ਅਸੀਂ ਬੈਠੇ ਦਿਖਾਏ ਨੇ ਮਜ਼ੇ ਦੇ, ਇਸ ਤਰ੍ਹਾਂ ਸਾਡੇ ਨਾਲ ਭਾਈ ਮਹਾਲ ਸਿੰਘ ਵੀ ਬੈਠੇ ਨੇ, ਡਾਕਟਰ ਸਾਹਿਬ ਵੀ ਸਾਡੇ ਨਾਲ ਖੱਬੇ ਪਾਸੇ ਬੈਠੇ ਨੇ, ਕਿਉਂਕਿ ਮੀਡੀਆ ਦਾ ਕੰਮ ਦਾ ਪੂਰੀ ਸੱਚਾਈ ਨਹੀਂ, ਪੂਰੀ ਡੂੰਘਾਈ ਤੱਕ ਜਾ ਕੇ ਫਿਰ ਉਸ ਵੀਡੀਓ ਨੂੰ ਵਾਇਰਲ ਕਰਨਾ। ਅੱਜ ਇਹ ਸਾਰੀ ਵੀਡੀਓ, ਇਹ ਸਾਰਾ ਕੁਝ ਦੇਖਣ ਤੋਂ ਬਾਅਦ ਸਾਰਾ ਇਹੀ ਬਿਆਨ ਕੀਤਾ ਬਾਪੂ ਜੀ ਨੇ ਵੀ ਦੱਸਿਆ ਗਾ ਕਿ ਜਿਹੜਾ ਕੁਝ ਮੇਰੇ ਤੋਂ ਬੁਲਾਇਆ ਗਿਆ ਮੈਨੂੰ ਪਤਾ ਨਹੀਂ ਲੱਗਿਆ, ਉਹ ਸਭ ਕੁਝ ਬੇਬੁਨਿਆਦ ਹੈ, ਪਰ ਜੋ ਕੁਛ ਇਹਨਾਂ ਦਾ ਬੇਟਾ ਕਰ ਸਕਦਾ, ਜੋ ਇਹਨਾਂ ਦੇ ਬੇਟੇ ਨੇ ਕਰ ਲਈ ਕੀਤਾ, ਜੋ ਪਿੰਡ ਲਈ ਕੀਤਾ, ਜੋ ਉਹਨਾਂ ਦੇ ਪੂਰੇ ਪਰਿਵਾਰ ਲਈ ਕੀਤਾ, ਜੋ ਭੈਣਾਂ ਲਈ ਕੀਤਾ, ਬਿਰਲੇ ਲੋਕ ਨੇ ਜਿਹੜੇ ਇੰਨਾ ਕੁਝ ਆਪਣੇ ਪਰਿਵਾਰ ਦੇ ਲਈ ਕਰਦੇ ਨੇ। ਹਾਂਜੀ ਹਾਂਜੀ, ਮੈਂ ਇਹ ਗੱਲ ਕਹਿੰਦਾ ਕਿ ਬਹੁਤ ਲੋਕਾਂ ਦਾ ਜਿਨ੍ਹਾਂ ਦਾ ਸਿਰ ਦਿਮਾਗ ਫਿਰਿਆ ਹੋਇਆ, ਉਹਨਾਂ ਕਹਿਣਾ ਕਿ ਬਜ਼ੁਰਗ ਨੂੰ ਗੁੰਮਰਾਹ ਕੀਤਾ, ਤੁਹਾਡੇ ਸਾਹਮਣੇ ਡਾਕਟਰ ਸਾਹਿਬ ਬੈਠੇ ਨੇ, ਕੋਈ ਗੁੰਮਰਾਹ ਕੀਤਾ? ਪੁੱਛੋ ਮੇਰੇ ਬਾਪ ਨੂੰ ਕੋਈ ਗੁੰਮਰਾਹ ਤਾਂ ਨਹੀਂ ਕੀਤਾ? ਮੈਂ ਪੁੱਛੋ ਕੋਈ ਗੁੰਮਰਾਹ ਨਹੀਂ ਕੀਤਾ? ਜੀ ਨਹੀਂ ਕੀਤਾ, ਗੁੰਮਰਾਹ ਨਹੀਂ ਕੀਤਾ। ਅੱਛਾ, ਆਪਦੀ ਮਰਜ਼ੀ ਨਾਲ ਆਇਓ? ਹਾਂ, ਆਪਦੀ ਮਰਜ਼ੀ ਨਾਲ। ਠੀਕ ਹੈ, ਹਾਂ, ਗੁੰਮਰਾਹ ਨਹੀਂ ਕੀਤਾ, ਆਪਦੀ ਮਰਜ਼ੀ ਨਾਲ ਆਇਆ। ਹਾਂਜੀ, ਹਾਂਜੀ, ਮੈਂ ਗੱਲ ਕਰਨੀ ਚਾਹੁੰਦਾ ਇੱਕ ਹੋਰ। ਮੇਰੇ ਸਤਿਗੁਰੂ ਜੀ ਦੇ ਪਿਆਰੇ ਬੋਲ ਨੇ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨਬੋ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਦੁਨੀਆਂ 'ਤੇ ਜਾਤ ਪਾਤ ਨਹੀਂ, ਉਹਦੇ ਤੋਂ ਉੱਤਰੋ ਉੱਠ ਕੇ ਜੇ ਤੁਸੀਂ ਜੀਵਨ ਜਿਉਣਾ ਹੈ ਨਾ, ਤਾਂ ਜਿਉਂ ਤਾਂ ਉਹ ਮੈਂ ਜਿਉਂਆ। ਸੇਵਾਵਾਂ ਕੀਤੀਆਂ ਨੇ ਮੈਂ, ਕਿਸੇ ਦੀ ਅੱਜ ਤੱਕ ਜਾਤ ਨਹੀਂ ਪੁੱਛੀ, ਨਾ ਮੈਂ ਜਾਤ ਦੇ ਚੱਕਰ 'ਚ ਪਿਆ ਹੈ। ਗਰੀਬ ਅਮੀਰ ਮੈਂ ਬਰਾਬਰ ਕਰਕੇ ਤੁਰਿਆ ਇਸ ਇਲਾਕੇ 'ਚ ਵੀ, ਪੂਰੇ ਪੰਜਾਬ ਦੇ ਵਿੱਚ, ਜਿੱਥੇ ਜਿੱਥੇ ਵੀ ਕਿਸੇ ਨੇ ਕੋਈ ਗੱਲ ਕੀਤੀ ਆ, ਉਹ ਅੱਗੇ ਸਿਰ ਨਵਾ ਕੇ ਸੇਵਾ ਨਿਭਾਈਆਂ ਨੇ। ਅਜੇ ਕੱਲ੍ਹ ਵੀ ਕਰਕੇ ਆਏ ਹਾਂ ਉੱਥੇ ਤੁਹਾਡੇ ਵਾਲੇ ਇਲਾਕੇ ਦੇ ਵਿੱਚ। ਪਰ ਕਾਰਨ ਆ ਕਿ ਜੋ ਲੋਕ ਬਕਵਾਸ ਦੇ ਰੂਪ ਦੇ ਵਿੱਚ ਕਮੈਂਟ ਕਰ ਰਹੇ ਨੇ ਅਤੇ ਵੀਡੀਓ ਪਾ ਰਹੇ ਨੇ ਮੇਰੀਆਂ ਚੈਨਲਾਂ ਵਾਲੇ, ਉੱਥੋਂ ਚੱਕ ਕੇ ਅੱਗੇ ਤੋਂ ਅੱਗੇ, ਮੈਂ ਕਹਿੰਦਾ ਵੀ ਇਵੇਂ ਨਾ ਕਰੋ। ਇਹ
ਸਿੱਖ ਖਵਾਉਣ ਵਾਲਿਓ ਸਿੱਖਾਂ ਦੇ ਦੁਸ਼ਮਣੋਂ, ਕੋਈ ਸਿੱਖ ਹੀ ਸਰੂਪ ਦੀ ਗੱਲ ਕਰ ਲੈਣ ਦਿਓ, ਕਿਸੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ ਗੱਲ ਕਰਨ ਜੋਗਾ ਕੋਈ ਰਹਿਣ ਦਿਓ। ਸਾਡੀ ਕੌਮ ਦਾ ਤਾਂ ਅੱਗੇ ਹੀ ਬੜਾ ਮੰਦਾ ਹਾਲ ਹੋ ਗਿਆ, ਅਤੇ ਕੀਤਾ ਵੀ ਅਸੀਂ ਹਾਂ ਔਰ ਸਾਡੇ ਆਪਣਿਆਂ ਨੇ ਕੀਤਾ ਸੀ, ਸਾਰੇ ਨਵੈਲਵੇ ਇਸ ਗੱਲ ਦੇ ਵਿੱਚ। ਕੋਈ ਸਿੱਖੋ ਸਿੱਖਾਂ ਨੂੰ ਬਖਸ਼ ਦਿਓ, ਕੋਈ ਚੱਜ ਦਾ ਕੰਮ ਕਰ ਲੈਣ ਦਿਓ, ਕਿਸੇ ਨੂੰ ਕਿਸੇ ਕਰਲਾਉਂਦੇ ਦੀ ਆਵਾਜ਼ ਸੁਣਨ ਵਾਲਾ ਕੋਈ ਛੱਡ ਦਿਓ। ਇਹਨੇ ਇਲਜ਼ਾਮ ਨਾ ਲਾਓ, ਜੇ ਸਾਡੇ 'ਤੇ ਇਲਜ਼ਾਮ ਲਾਉਂਦੇ ਹੋ ਤਾਂ ਸਹੀ ਦੱਸੋ ਕਿ ਤੁਸੀਂ ਦੁੱਧ ਧੋਤੇ ਹੋ, ਤੁਹਾਡੇ ਤੋਂ ਕੋਈ ਗਲਤੀ ਨਹੀਂ ਹੁੰਦੀ। ਕਮੈਂਟ ਕਰਨ ਵਾਲਿਆਂ ਨੂੰ ਵੀ ਕਹਿੰਦਾ ਇਵੇਂ ਨਾ ਕਰੋ, ਦੋਵੇਂ ਪੱਖ ਜਾਣੋ। ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਇਹ ਵੀਡੀਓ ਨੂੰ ਚੜ੍ਹਾਓ ਚੈਨਲ 'ਤੇ, ਅਤੇ ਲੋਕਾਂ ਨੂੰ ਹੋਰ ਚੈਨਲ ਵਾਲਿਆਂ ਨੂੰ ਦੱਸੋ ਵੀ ਦੋਵੇਂ ਪੱਖ ਲੈਣ ਤੋਂ ਬਿਨਾਂ ਇਵੇਂ ਧੱਕਾ ਨਾ ਕਰੋ, ਐਸਾ ਨਾ ਕਿਸੇ ਨੂੰ ਮਜਬੂਰ ਕਰੋ ਕਿ ਕੋਈ ਆਤਮ ਹੱਤਿਆ ਤੱਕ ਪਹੁੰਚ ਜਾਵੇ। ਬਸ ਮੇਰੀ ਇੰਨੀ ਆਪ ਜੀਆਂ ਦੇ ਜਨਤਾ ਦੀ ਆਵਾਜ਼ ਟੀ ਵੀ ਚੈਨਲ ਨੂੰ ਰਿਕੁਐਸਟ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸੁਣੋ ਅਤੇ ਦੋਵੇਂ ਪੱਖ ਲਿਆ ਕਰੋ, ਅੱਗੇ ਆਓ। ਦੋ ਟਕਿਆਂ ਦੇ ਪਿੱਛੇ ਵਿਕਣ ਵਾਲਿਓ ਲੈ ਕੇ ਪੈਸੇ ਤੁਸੀਂ ਮੁੜ ਕੇ ਵੀਡੀਓ ਵੀ ਚੈਨਲ ਤੋਂ ਖਤਮ ਕਰ ਦਿੰਦੇ ਹੋ। ਜਿਹੜੀ ਆਵਾਜ਼ ਇੱਕ ਰਾਮ ਪਹੁੰਚ ਗਈ, ਸਿਰ ਫਿਰੇ ਲੋਕਾਂ ਤੱਕ, ਉਹਨਾਂ ਦੇ ਦਿਮਾਗ 'ਚੋਂ ਨਹੀਂ ਜਾਣਾ ਵੀ ਇਹ ਵਾਕਿਆ ਹੀ ਬੰਦਾ ਮਾੜਾ ਹੋਵੇਗਾ। ਧੰਨਵਾਦ ਜੀ ਅਕਾਲ ਪੁਰਖ ਵਾਹਿਗੁਰੂ ਦਾ, ਅਤੇ ਧੰਨਵਾਦ ਆਪ ਜੀਆਂ ਦੀ ਸਾਰੀ ਟੀਮ ਦਾ। ਚੰਗੇ ਕੰਮ ਕਰਕੇ ਅੱਗੇ ਆਓ, ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਕੇ ਸਾਡੇ ਨਾਲ ਭਾਈ ਮਹਾਰ ਸਿੰਘ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੀ ਹੈ ਕਿ ਉਹਨਾਂ ਨੇ ਆਪਣੇ ਪਕਸ਼ ਦਿਖਾਏ ਨੇ, ਆਪਣੀ ਜ਼ਿੰਦਗੀ ਬਾਰੇ ਦੱਸਿਆ, ਆਪਣੇ ਕਿਤੇ ਚੰਗੇ ਕੰਮਾਂ ਬਾਰੇ ਦੱਸਿਆ। ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਾਇਆ, ਪਰ ਦੋਸਤੋ ਜਾਂਦੇ ਜਾਂਦੇ ਅਸੀਂ ਤੁਹਾਨੂੰ ਇਹ ਕਹਿ ਦੇਣਾ ਬਹੁਤ ਜ਼ਰੂਰੀ ਸਮਝਦੇ ਹਾਂ, ਜਿਵੇਂ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਕਈਆਂ ਲੋਕਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਸ਼ਾਇਦ ਇਹ ਕੀੜਾ ਹੋਵੇਗਾ, ਅੱਜ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਖਿਆਲ ਹੋਵੇਗਾ, ਇਹ ਗੱਲ ਹੋਵੇਗੀ ਕਿ ਸ਼ਾਇਦ ਬਾਪੂ ਜੀ ਨੂੰ ਗੁੰਮਰਾਹ ਕਰਕੇ ਘਰੇ ਰੱਖਿਆ ਗਿਆ ਹੋਊਗਾ। ਪਰ ਅਸੀਂ ਤੁਹਾਨੂੰ ਇਹਨਾਂ ਦਾ ਵਿਊ ਦੇ ਦਿੱਤਾ ਹੈਗਾ, ਪੂਰਾ ਮਿਲਾ ਦਿੱਤਾ ਇਹਨਾਂ ਦੇ ਨਾਲ। ਇਹਨਾਂ ਪੱਖੋਂ ਬਾਪੂ ਜੀ ਪੱਖੋਂ ਵੀ ਇਹੀ ਗੱਲ ਕਹੀ ਹੈ ਕਿ ਇਹਨਾਂ ਨੂੰ ਕੋਈ ਗੁੰਮਰਾਹ ਨਹੀਂ ਕੀਤਾ ਗਿਆ। ਅਕਸਰ ਜਿਵੇਂ ਇਹਨਾਂ ਦਾ ਬੇਟਾ ਪਹਿਲਾਂ ਇਹਨਾਂ ਦੀ ਸਾਂਭ ਸੰਭਾਲ ਕਰਾਉਂਦਾ ਸੀ, ਡਾਕਟਰ ਸਾਹਿਬ ਤੋਂ ਕਰਾਉਂਦਾ ਸੀ, ਜਾਂ ਇਹਨਾਂ ਦੇ ਘਰੇ ਰੱਖੇ ਗਏ ਸੀ ਸੇਵਾ ਕਰਨ ਵਾਸਤੇ, ਉਹ ਅੱਜ ਵੀ ਇਹਨਾਂ ਦੀ ਸੇਵਾ ਉਸੇ ਤਰ੍ਹਾਂ ਕਰਦੇ ਆ। ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਾਇਆ, ਇਸੇ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਇਸੇ ਤਰ੍ਹਾਂ ਦੀ ਖਬਰ ਦੇ ਕੇ ਫਿਰ ਹਾਜ਼ਰ ਹੋਵਾਂਗੇ। ਉਤਕਲੀ ਸਤਿ ਸ਼੍ਰੀ ਅਕਾਲ ਜੀ।